ਕਿਉਂਕਿ ਪੁਰਾਣੀ ਜੀ ਨਹੀਂ ਲੋਕੀ ਕਹਿੰਦੇ ਮਨੀ ਵੇਸਟ ਆ ਪੁਰਾਣੀ ਗੱਡੀ ਤੇ ਪੈਸਾ ਲਾਣਾ। ਹਾਂ ਲੋਕੀ ਕਹਿੰਦੇ ਇੰਨੇ ਜਿੰਨੇ ਪੈਸੇ ਚਲਾਣੇ ਨਵੀਂ ਗੱਡੀ ਆ ਜਾਣੀ। ਭਾਈ ਸ਼ੌਂਕ ਦਾ ਕੋਈ ਮੁੱਲ ਨਹੀਂ। ਹਾਂ ਸ਼ੌਂਕ ਦਾ ਕੋਈ ਮੁੱਲ ਨਹੀਂ, ਕਿਉਂਕਿ ਜਿਹਨੂੰ ਇਹ ਨਸ਼ਾ ਆ, ਜਿਹਨੂੰ ਗੱਡ ਖਾਣੇ ਦਾ ਨਸ਼ਾ, ਗੱਡੀਆਂ ਦਾ ਨਸ਼ਾ ਤਾਂ ਨਾ, ਪਰ ਹੋਰ ਕੋਈ ਨਸ਼ਾ ਕਰਦਾ ਹੀ ਨਹੀਂ। ਜਿਹੜੀ ਮਿੱਤਰਾਂ ਕਰਾਉਣੀ ਗੁੜੇ ਸ਼ਹਿਰੀ ਗਾਰਾ ਤੋਂ ਕਿੱਥੋਂ ਹੋਣੀ ਹੈ। ਅਸੀਂ ਜੋ ਵੀ ਕੀਤੀਆਂ ਕਿਸੇ ਨਾ ਟੋਕੀਆਂ, ਮਾਰੀਆਂ ਨਾ ਅਸੀਂ ਕਦੇ ਫੜਾ ਫੋਕੀਆਂ, ਕਰਦੇ ਸਲਾਮ ਖੱਬੀ ਖਾਣ ਜੱਟ ਨੂੰ, ਕਰਦੇ ਸਲਾਮ ਖੱਬੀ ਖਾਣ ਜੱਟ ਨੂੰ, ਆਉਂਦੇ ਯਾਰੋ ਰੋਕਣੇ, ਆਉਂਦੇ ਯਾਰੋ ਰੋਕਣੇ ਤੂਫਾਨ ਜੱਟ ਨੂੰ, ਆਉਂਦੇ ਯਾਰੋ ਰੋਕਣੇ ਤੂਫਾਨ ਜੱਟ ਨੂੰ। ਬਹੁਤ ਖਤਰਨਾਕ ਬੰਦਾ ਆ, ਕਿਉਂਕਿ ਮੈਂ ਮੌਤ ਤੋਂ ਡਰਦਾ ਨਹੀਂ ਹੈਗਾ, ਚੱਕਰ ਤਾਂ ਇਹ ਹੈ ਮੈਨੂੰ ਇੱਕੋ ਹੀ ਪ੍ਰੋਬਲਮ ਆ, ਡਰ ਹੈ ਨਹੀਂ। ਮੈਂ ਤਾਂ ਕਦੇ ਸ਼ੇਰਾਂ ਦੇ ਸ਼ਿਕਾਰ ਨਹੀਂ ਹੋ ਕਰਦੇ, ਕਰਦੇ ਨਾ ਕੁੱਤੇ ਬੱਲਿਆ। ਯਾਰੇ ਬੱਚੋਂ ਜੋ ਕੁਛ ਕਰਨਾ ਤਾਂ ਕਰ ਲੋ, ਅੱਬੂ ਆ ਰਹੇ ਹੈ। ਭਾਵੇਂ ਕੰਨ ਦੇ ਆਣੇ ਕਾਪੀ, ਤੇਰਾ ਯਾਰ ਪੁਰਾਣਾ ਪਾ, ਹਲੇ ਤਾਂ ਕੁਛ ਨਹੀਂ ਕੱਢਣਾ, ਹਲੇ ਤਾਂ ਕੱਢੂਗਾ। ਕਦੋਂ ਕੱਢੋਗੇ? ਸੱਪ ਕੱਢਣਾ ਥੋੜੇ ਟਾਈਮ ਨੂੰ। ਸੱਪ ਕੱਢਣਾ ਮਤਲਬ? ਸੱਪ ਕੋਈ ਕੱਢਾਂਗੇ ਲੁਕੋ ਕੇ। ਜਿਹੜੇ ਕੰਮ ਹੁਣ ਕਰਦੇ ਆ ਜਵਾਕ ਜੇ, ਨਹੀਂ ਬਹੁਤ ਪਹਿਲਾਂ ਦੇ ਕਰਕੇ ਛੱਡੇ ਆ ਇਹ ਬੱਚੇ ਸਾਲੇ ਮਾਰਦੇ ਕਹਿੰਦੇ ਕਰਕੇ ਮੈਂ। ਜਿਹੜੇ ਬਾਲੇ ਬੁੱਕਦੇ ਸੀ ਕਈ ਭਾਂਬਰ ਠਾਰੇ ਨੇ, ਤੇਰਾ ਪੁੱਲਰ ਮਾੜਾ ਨਹੀਂ ਬਸ ਕੰਮ ਹੀ ਮਾੜੇ ਨੇ, ਬਸ ਕੰਮ ਹੀ। ਕਿਉਂ ਪੈਣਾ ਮੇਰਾ ਪੌਸ਼ ਮੇਰੇ ਥੱਲੇ, ਘੁੰਮਦਾ ਮੈਂ ਕੱਲੇ ਜਿੱਥੇ ਵੀ ਜਾਵਾਂ ਹੁਣ ਮੇਰੀ ਚੱਲੇ। ਜਿਹਦੀ ਧੌਣ ਤੇ ਕੋਠਾ ਰੱਖੋ ਨਾ, ਉਹੀ ਬਾਪੂ ਕਹਿੰਦਾ। ਜਿਹਦੀ ਧੌਣ ਤੂੰ ਕਾਲੇ ਰੰਗ ਦੀ ਫੈਨ ਬੜੀ ਸੀ, ਕਾਲੇ ਰੰਗ ਦੀ ਫੈਨ ਬੜੀ ਸੀ, ਮੈਂ ਕਾਲੀਆਂ ਗੱਡੀਆਂ ਰੱਖੀਆਂ ਨੇ।